ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਵੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਲੇਟੈਸਟ ਕਲੈਕਸ਼ਨ ਪਾਰਟੀ ਵੇਅਰ ਦੇ ਵਿੱਚ ਰੇਂਜ ਤਕਰੀਬਨ ਆਏਗੀ 5-6 ਹਜ਼ਾਰ ਤੋਂ ਲੈ ਕੇ ਤਕਰੀਬਨ 7-8-10 ਹਜ਼ਾਰ ਦੇ ਆਸ ਪਾਸ ਤੱਕ ਐਕਸਕਲੂਸਿਵ ਸੂਟ ਆਉਣਗੇ। ਸਾਰੇ ਪੀਸ ਤੁਹਾਨੂੰ ਭਾਵੇਂ 20 ਦਿਖਾਈਏ ਜਾਂ 22 ਦਿਖਾਈਏ, ਲੇਕਿਨ ਤੁਹਾਡੀ ਵਰਾਇਟੀ ਬਣੇਗੀ। ਆਪਾਂ 2 ਪੀਸ ਲੈਣਾ ਚਾਹੁੰਦੇ ਹਾਂ, 4 ਪੀਸ ਲੈਣਾ ਚਾਹੁੰਦੇ ਹਾਂ, 6 ਪੀਸ ਲੈਣਾ ਚਾਹੁੰਦੇ ਹਾਂ, ਮਤਲਬ ਤੁਹਾਨੂੰ ਐਕਸਕਲੂਸਿਵ ਪੀਸ ਮਿਲਣਗੇ। ਕੁਛ ਪ੍ਰਿੰਟਿੰਗ ਉੱਤੇ ਆਈਡੀਏ ਨੇ, ਕੁਛ ਪਿਓਰ ਸ਼ਿਮਰ ਉੱਤੇ ਨੇ, ਕੁਛ ਟਿਸ਼ੂ ਉੱਤੇ ਨੇ, ਕੁਛ ਜੋਰਜਟ ਔਰਗੈਂਜ਼ਾ ਉੱਤੇ ਨੇ, ਕੁਛ ਤਾਨਾ ਬਾਨਾ ਸਿਲਕ ਦੇ ਵਿੱਚ ਆਏ ਨੇ, ਲੇਕਿਨ ਆਈਡੀਏ ਸਾਰੇ ਹੀ ਸੁਪਰ ਡੁਪਰ ਨੇ ਔਰ ਇਹ ਸਾਰੇ ਹੀ ਵਾਸ਼ੇਬਲ ਦੇ ਵਿੱਚ ਨੇ। ਤੁਸੀਂ ਜਿੱਦਾਂ ਈਜ਼ੀ ਵਗੈਰਾ ਵਾਸ਼ ਕਰਨਾ ਚਾਹੁੰਦੇ ਹੋ ਜਾਂ ਕੋਈ ਸ਼ੈਂਪੂ ਵਾਸ਼ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਮਤਲਬ ਡਰਾਈ ਕਲੀਨ ਦੀ ਲੋੜ ਨਹੀਂ ਹੈ, ਤੁਸੀਂ ਇਹਨੂੰ ਘਰੇ ਆਪਣਾ ਵਾਸ਼ ਕਰ ਸਕਦੇ ਹੋ। ਅਤੇ ਇਹਨਾਂ ਦੀ ਬੁਕਿੰਗ ਵਾਸਤੇ ਅਸੀਂ ਹਮੇਸ਼ਾ 3 ਨੰਬਰ ਸ਼ੋਅ ਕਰਦੇ ਹਾਂ। ਇਹਨਾਂ 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਸੀਂ ਦੂਜੀ ਕਾਲ ਵੀ ਕਰ ਸਕਦੇ ਹੋ। ਨਾਇਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਵਿੰਦਰ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ, ਗਰੇਵਾਲ ਸਾਹਿਬ, ਸੁਪ੍ਰੀਤ ਜੀ ਸਤਿ ਸ਼੍ਰੀ ਅਕਾਲ, ਪੱਟੀ ਸਾਹਿਬ, ਇਹਨਾਂ 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਸੀਂ ਦੂਜੀ ਕਾਲ ਵੀ ਕਰ ਸਕਦੇ ਹੋ। ਤੁਸੀਂ ਚਾਹੇ ਬੇਸ਼ੱਕ ਇੰਡੀਆ ਬੈਠੇ ਹੋ ਚਾਹੇ ਆਊਟ ਆਫ ਇੰਡੀਆ ਬੈਠੇ ਹੋ, ਆਪਣੇ ਕੋਲ ਹਰ ਤਰ੍ਹਾਂ ਦਾ ਸਿਸਟਮ ਹੈਗਾ, ਪਾਰਸਲ ਭੇਜਣ ਦਾ, ਪੇਮੈਂਟ ਲੈਣ ਦਾ, ਪ੍ਰੋਪਰ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ। ਅਗਰ ਤੁਸੀਂ ਸਟਿਚਿੰਗ ਕਰਾਉਣਾ ਚਾਹੁੰਦੇ ਹੋ, ਆਪਣੇ ਕੋਲ ਟੇਲਰ ਬਹੁਤ ਅੱਛੇ ਨੇ, ਰੈਡੀਮੇਡ ਲੈਣੇ ਹੋ, ਤੁਹਾਨੂੰ ਅਲਟਰੇਸ਼ਨ ਪ੍ਰੋਪਰ ਕਰਾ ਕੇ ਦੇਵਾਂਗੇ, ਤੁਹਾਡੇ ਸਾਈਜ਼ ਦੇ ਅਕੋਰਡਿੰਗ ਜੋ ਵੀ ਤੁਸੀਂ ਸਾਈਜ਼ ਦਿਓਗੇ, ਅਤੇ ਪਾਰਸਲ ਤੁਹਾਡਾ ਬਿਲਕੁਲ ਸੇਫ ਜਾਏਗਾ, ਕੋਈ ਦਿੱਕਤ ਨਹੀਂ ਆਏਗੀ, ਪ੍ਰੋਪਰ ਤੁਹਾਡਾ ਸੇਫ ਪਾਰਸਲ ਜਾਏਗਾ। ਬਾਕੀ ਕੋਸ਼ਿਸ਼ ਤੁਸੀਂ ਇਹੀ ਕਰਿਆ ਕਰੋ ਕਿ ਇਹਨਾਂ ਨੰਬਰਾਂ 'ਚੋਂ ਕਿਸੇ ਨੰਬਰ 'ਤੇ ਪਿੱਕ ਭੇਜਿਆ ਕਰੋ, ਅਤੇ ਤੁਹਾਨੂੰ ਉਸ ਚੀਜ਼ ਦਾ ਜਲਦੀ ਰਿਸਪੋਂਸ ਮਿਲੇਗਾ। ਠੀਕ ਹੈ ਜੀ, ਇਸ ਨੰਬਰ ਤੋਂ ਵੀਡੀਓ ਪੈ ਰਹੀ ਇਸ ਟਾਈਮ ਅਖੀਰਲੇ ਵਾਲੇ ਤੋਂ, ਇਹਨਾਂ ਤੁਸੀਂ 3 'ਚੋਂ ਕਿਸੇ 'ਤੇ ਵੀ ਕਰ ਸਕਦੇ ਹੋ। ਅਤੇ ਇਹ ਨੰਬਰ ਨੇ ਸਾਡੇ ਹੋਲਸੇਲ ਸੈਕਸ਼ਨ ਦੇ, ਅਗਰ ਤੁਸੀਂ ਹੋਲਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਬਲਕ ਦੇ ਵਿੱਚ, ਫਿਰ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਨਾ ਜੀ। ਤੁਸੀਂ ਇਹਨਾਂ ਨੰਬਰਾਂ 'ਤੇ ਜਿਵੇਂ ਬਲਕ ਲਈਦੀ, ਆਪਾਂ ਨੂੰ ਇੱਕ ਨਾਲ ਦੇ 3-3 ਸੂਟ ਚਾਹੀਦੇ ਨੇ, ਠੀਕ ਹੈ ਨਾ, ਜਿਵੇਂ ਤੁਹਾਡਾ ਕੰਮ ਹੈਗਾ ਬੁਟੀਕ ਦਾ ਜਾਂ ਤੁਸੀਂ ਹੋਲਸੇਲ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਆਪਣੀ ਸੈਟਿੰਗ ਕਰ ਸਕਦੇ ਹੋ। ਲਓ ਜੀ, ਆਪਾਂ ਸ਼ੁਰੂ ਕਰ ਰਹੇ ਹਾਂ ਵੀਡੀਓ। ਡਿਜੀਟਲ ਪ੍ਰਿੰਟ ਦੇ ਵਿੱਚ ਆਈਟਮ ਆਈ ਹੈ, ਡਿਜ਼ਾਈਨਰ ਕੋਨਸੈਪਟ ਆਏਗਾ, ਇਹੀ ਸੇਮ ਆਈਟਮ ਐਕਚੁਅਲੀ 12-12, 13-13 ਹਜ਼ਾਰ ਦੇ ਵਿੱਚ ਵੀ ਆ ਰਹੀ ਹੈ, ਲੇਕਿਨ ਅਸੀਂ ਇਹਨੂੰ ਥੋੜ੍ਹਾ ਜਿਹਾ ਲਾਈਟ ਵਰਜਨ ਦੇ ਵਿੱਚ ਤਿਆਰ ਕਰ ਦਿੰਦੇ ਹਾਂ। ਪਿਓਰ ਜੋਰਜਟ ਪ੍ਰਿੰਟ ਆ ਡਿਜੀਟਲ ਦਾ, ਟੋਟਲ ਸਾਰਾ ਹੈਂਡਵਰਕ ਆਏਗਾ। ਦੇਖੋ ਜੀ, ਇਹਦੇ 'ਚ ਇਹ ਨੀਚੇ ਸਕਲਪਿੰਗ ਦੇ ਵਿੱਚ ਐਮਬਰਾਇਡਰੀ ਆ ਗਈ, ਕੜਦਾਨੇ ਦਾ ਕੰਮ ਹੈ, ਪਰਲ ਦਾ ਕੰਮ ਹੈ, ਦਬਕਾ ਵੀ ਯੂਜ਼ ਕੀਤਾ, ਸਰਵੋਸਕੀ ਵੀ ਯੂਜ਼ ਕੀਤੀ ਹੋਈ ਹੈ। ਠੀਕ ਹੈ ਜੀ, ਪੂਰਾ ਸ਼ਰਟ ਦਾ ਘੇਰਾ ਆਏਗਾ, ਉੱਪਰ ਪੂਰੀਆਂ ਬੂਟੀਆਂ ਆਉਣਗੀਆਂ ਹੈਂਡਵਰਕ ਦੀਆਂ, ਉੱਪਰ ਤੱਕ ਜਾਲ ਆਏਗਾ, ਫੁੱਲ ਬਾਜੂ ਦੀ ਆਪਸ਼ਨ ਹੈ, ਸਿਲਕ ਦੀ ਬੋਟਮ ਹੈ, ਗ੍ਰੇ ਕਲਰ ਦੀ, ਗ੍ਰੇ ਕਲਰ ਦੀ ਚੁੰਨੀ ਹੈ, ਚਾਰੇ ਪਾਸੇ ਐਮਬਰਾਇਡਰੀ ਹੈ, ਕੋਰਨਰ ਨੇ, ਲਾਈਨਾਂ ਨੇ, ਮਤਲਬ ਸਭ ਕੁਛ ਸੁਪਰ ਡੁਪਰ ਹੈ ਜੀ ਇਹਦਾ। ਔਰ ਇਸ 'ਚ 2 ਕਲਰ ਨੇ, ਇੱਕ ਡੰਮੀ 'ਤੇ ਪਾਇਆ ਹੋਇਆ, ਇੱਕ ਹੈ ਤੁਹਾਨੂੰ ਦਿਖਾ ਰਿਹਾ। ਆਈਟਮ ਨੰਬਰ 1 'ਤੇ ਪ੍ਰਾਈਜ਼ ਪਏਗਾ ਸਿਰਫ 6340, 6340 ਓਨਲੀ। ਸੈਕਿੰਡ ਕਲਰ ਹੈਗਾ ਮਸਟਰਡ ਕਾਪਰ ਕਲਰ ਜੀ ਇਹਦਾ, ਦੋਨੇ ਪੀਸ ਉੱਪਰ ਡੁੱਪਰ ਨੇ, ਤੁਹਾਨੂੰ 20 ਪੀਸ ਆਉਣਗੇ, ਮਜ਼ਾ ਆ ਜਾਏਗਾ। ਵੀਡੀਓ ਸਾਰੀ ਦੇਖਿਆ ਕਰੋ ਐਂਡ ਤੱਕ, ਅਤੇ ਨਾਲ ਨਾਲ ਸ਼ੇਅਰ ਕਰਿਆ ਕਰੋ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਬਲੀ ਸੈਣੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਦੀਦੀ ਪਾਰਸਲ ਅੱਜ ਕੱਢਦੇ ਹਾਂ, ਕੋਸ਼ਿਸ਼ ਕਰਦੇ ਹਾਂ, ਹਾਂ ਵੀਡੀਓ ਪਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ, ਕੋਈ ਗੱਲ ਨਹੀਂ ਦੀਦੀ। ਕੁਲਵੀਰ ਜੀ ਸਤਿ ਸ਼੍ਰੀ ਅਕਾਲ, ਗਰੇਵਾਲ ਸਾਹਿਬ, ਕੁਲਦੀਪ ਕੌਰ ਜੀ ਸਤਿ ਸ਼੍ਰੀ ਅਕਾਲ, ਰਿੰਕੂ ਗਰਗ ਜੀ ਸਤਿ ਸ਼੍ਰੀ ਅਕਾਲ, ਸੁਜਾਤਾ ਮੈਡਮ ਜੀ, ਵੈਰੀ ਗੁੱਡ। ਲਓ ਜੀ, ਸ਼ਿਮਰ ਦੇ ਵਿੱਚ ਕੋਨਸੈਪਟ ਆਇਆ, ਓਕੇ ਹੋ ਗਈ। ਇਹ ਸ਼ਿਮਰ ਦੇ ਵਿੱਚ ਆਈਟਮ ਆਏਗੀ, ਲਾਈਟ ਜਿਹਾ ਬੇਬੀ ਪਿੰਕ ਕਲਰ ਹੈ, ਉਹਦੇ 'ਤੇ ਨੀਚੇ ਪੂਰਾ ਹੈਂਡਵਰਕ ਹੈ। ਦੇਖੋ ਜੀ, ਕੰਮ ਦੇਖੋ ਤੁਸੀਂ ਜਿਹੜਾ ਜੀ, ਸੁਪਰ ਡੁਪਰ ਆਈਟਮ, ਸੀਕੁਐਂਸ ਦਾ ਕੰਮ ਵੀ ਹੈ ਸਾਰਾ, ਖੜਦਾਨੇ ਦਾ ਕੰਮ ਵੀ ਹੈ, ਪਰਲ ਦੀ ਸੈਟਿੰਗ ਵੀ ਹੈ,
ਪੂਰੀ ਸ਼ਰਟ ਦਾ ਘੇਰਾ ਆਏਗਾ, ਜ਼ਿਗਜ਼ੈਗ ਲਾਈਨਾਂ ਆਣਗੀਆਂ ਉੱਪਰ ਤੱਕ, ਬੂਟੇ ਆਣਗੇ ਪਹਿਲਾਂ 3 ਫਿਰ 2 ਫਿਰ 3 ਫਿਰ 2 ਉੱਪਰ ਨੈਕ ਤੱਕ। ਲੈਂਥ ਤੁਸੀਂ 40, 42, 43, 44, 45 ਜਿੰਨੀ ਮਰਜ਼ੀ ਰੱਖ ਸਕਦੇ ਹੋ ਕਿਉਂਕਿ ਉੱਪਰ ਨੈਕ ਨਹੀਂ ਬਣਿਆ, ਠੀਕ ਹੈ ਜੀ। ਫੁੱਲ ਬਾਜੂ ਦੀ ਆਪਸ਼ਨ ਹੈ, ਸਿਲਕ ਦੀ ਬੋਟਮ ਹੈ, ਔਰਗੈਂਜ਼ਾ ਦੀ ਚੁੰਨੀ ਹੈ, ਚਾਰੇ ਪਾਸੇ ਸਕੈਲਪਿੰਗ ਹੈ। ਐਕਚੁਲੀ ਰੈਡੀਮੇਡ ਸੂਟ ਆਉਂਦਾ ਵਾ, ਇਹਦਾ ਰੇਟ ਹੁੰਦਾ ਤਕਰੀਬਨ ਕੋਈ 9,000-9,500 ਰੁਪਈਏ। ਇਹਨੂੰ ਹੁਣ ਅਨਸਟਿਚ ਉੱਤੇ ਤਿਆਰ ਕਰਾਇਆ ਸੀ। ਹੁਣ ਦੂਜਾ ਕਲਰ ਵਿੱਚ ਆਏਗਾ ਇਸਦਾ, ਪਿਸਤਾ ਕਲਰ। ਹਾਂਜੀ ਮੈਡਮ ਜੀ, ਗੀਤੂ ਜੀ ਸਤਿ ਸ਼੍ਰੀ ਅਕਾਲ ਜੀ, ਟਿੰਡਾ ਜੀ ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਓ ਜੀ ਆਈਟਮ ਨੰਬਰ 2 ਅਤੇ ਪ੍ਰਾਈਜ਼ ਪਏਗਾ 6450 ਓਨਲੀ। ਨੈਕਸਟ ਚਲੋ ਜੀ, ਰਮਨ ਜੀ ਸਤਿ ਸ਼੍ਰੀ ਅਕਾਲ ਜੀ। ਰਮਨ ਦਾ ਬਣ ਗਿਆ ਬਿੱਲ, ਚੇਂਜ ਨਾ ਬਣਾਈ ਯਾਰ ਬਿੱਲ ਪਲੀਜ਼। ਲਓ ਜੀ ਕਿਹਾ ਵੀ ਦੇਖੋ ਜੀ, ਸ਼ਾਸ਼ਾ ਫੈਬਰਿਕ ਆਇਆ ਨਵਾਂ ਜੀ, ਇਹਦਾ ਸ਼ਾਸ਼ਾ। ਇਹ ਹਲਕਾ ਹਲਕਾ ਨਾ ਚੈੱਕ ਹੁੰਦਾ ਇਹਦੇ 'ਚ, ਇਹਨੂੰ ਬੈਕ ਤੋਂ ਦੇਖੋ, ਪ੍ਰਿੰਟਿੰਗ ਦੇ ਵਿੱਚ ਹੀ ਹੁੰਦਾ ਚੈੱਕ ਸਾਰਾ। ਉੱਪਰ ਹਲਕੀ ਸ਼ਾਈਨ ਹੁੰਦੀ ਹੈ, ਕੰਮ ਦੇਖੋ ਕਿੰਨਾ ਵਧੀਆ, ਖੜਦਾਨੇ ਦਾ ਕੰਮ ਹੈ, ਪੂਰੀ ਬੂਟੀ ਹੈ 4-3 ਦੀ ਉੱਪਰ ਤੱਕ, ਨੀਚੇ ਪੂਰਾ ਜ਼ਿਗਜ਼ੈਗ ਆਏਗਾ ਘੇਰੇ ਦੇ ਵਿੱਚ। ਨੈੱਕ ਤੁਸੀਂ ਆਪਣੀ ਮਰਜ਼ੀ ਨਾਲ ਦੇਣਾ ਕੋਈ ਵੀ। ਹੋਏ 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 ਹੋਏ, ਜ਼ਬਰਦਸਤ ਮਹਾਰਾਜ, ਇੱਦਾਂ ਦੇ ਪੀਸ ਮਿਲਦੇ ਨੀਗੇ। ਤੁਸੀਂ ਦੇਖੋ ਚਾਰੇ ਪਾਸੇ ਦੁਪੱਟੇ 'ਚ ਇੰਬਰਾਇਡਰੀ ਹੈ, ਸ਼ਰਟ ਦੁਪੱਟਾ ਸੇਮ ਫੈਬਰਿਕ ਆਏਗਾ। ਇੱਕ ਹੈਗਾ ਪਿਸਤਾ ਕਲਰ, ਦੂਜਾ ਹੈਗਾ ਐਂਟੀਕ ਜਾਂ ਪਿਆਜ਼ੀ ਕਲਰ ਹੈ, ਜਿੱਦਾਂ ਜੀ ਪਿਆਜ਼ੀ ਮੂਵ ਕਲਰ ਹੈ, ਸਾਰਾ ਹੈਂਡਵਰਕ ਹੈ। ਮਤਲਬ ਕਈ ਵਾਰ 12-15,000 ਖਰਚ ਦਾਂਗੇ ਆਪਾਂ ਨੂੰ ਪੀਸ, ਮਜ਼ਾ ਨਹੀਂ ਆਉਂਦਾ ਪਾ ਕੇ, ਲੇਕਿਨ ਇਹ ਬੰਬ ਆਈਟਮ ਆ ਜੀ ਇਹਦੀ। ਫੈਬਰਿਕ ਵੀ ਬਹੁਤ ਸੋਹਣਾ। 3 ਨੰਬਰ ਆਈਟਮ 7260 ਰੁਪਈਏ, 7260। ਆਈਟਮ ਨੰਬਰ 3 ਅਨੀਤਾ ਮਹਿਤਾ ਜੀ ਸਤਿ ਸ਼੍ਰੀ ਅਕਾਲ ਜੀ, ਖੁਸ਼ੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਪਿਓਰ ਕਰੇਪ ਦੇ ਵਿੱਚ ਆਈਟਮ ਆ ਗਈ, ਇਹ ਕੈਲਕਟਾ ਦਾ ਕੰਮ ਆ ਸਾਰਾ, ਗੋਟੇ ਪੱਤੀ ਦਾ ਕੰਮ ਆ, ਗੋਟੇ ਦਾ ਕੰਮ ਆ, ਪੱਤੀ ਨਹੀਂ ਹੈਗੀ ਇਹ 'ਚ। ਹਾਂਜੀ ਗੋਟਾ ਹੀ ਆ ਇਕੱਲਾ, ਗਾਂ ਗੋਟਾ ਪੱਤੀ ਕਹਿ ਰਹਿੰਦਾ ਸੀ, ਵੀ ਗੋਟਾ ਪੱਤੀ ਕਹਿ ਦਿੰਦੇ ਐਸੀ ਗੱਲ ਨਹੀਂ, ਪਰ ਇਹ ਓਰੀਜਨਲ ਗੋਟਾ ਸਾਰਾ ਮਸ਼ੀਨ ਨਾਲ ਲੱਗਿਆ ਹੋਇਆ ਜੀ। ਜਿਹੜਾ ਹੱਥ ਨਾਲ ਗੋਟਾ ਲੱਗਦਾ ਨਾ ਜੀ, ਉਹ ਮਾੜਾ ਮੋਟਾ ਉਤਰ ਵੀ ਜਾਂਦਾ ਵਾ, ਉਹ ਨੀਚੇ ਗਲੂ ਲੱਗ ਕੇ ਲੱਗਦਾ ਵਾ, ਲੇਕਿਨ ਪਕੜ ਉਹਦੀ ਵੀ ਪੂਰੀ ਹੁੰਦੀ, ਐਸੀ ਗੱਲ ਨਹੀਂ, ਲੇਕਿਨ ਇਹਦੇ 'ਚ ਕੋਈ ਵੀ ਚਾਂਸ ਨਹੀਂ ਹੈਗੇ ਉਤਰਨ ਦੇ ਜੀ। ਐਂਟੀਕ ਕਲਰ ਦਾ ਨਾਲ ਗੋਟਾ ਯੂਜ਼ ਕੀਤਾ ਉਹਨਾਂ ਨੇ, ਐਂਟੀਕ ਕਲਰ ਦਾ ਨੀਚੇ ਤਿੱਲੇਕਾਰੀ ਦਾ ਵਿੱਚ ਨਾ ਸਾਰਾ, ਦੇਖੋ ਇਹ ਸਾਰਾ ਬੈਕ ਸਾਈਡ ਤੋਂ ਕੰਮ ਹੁੰਦਾ ਤਿੱਲੇਕਾਰੀ ਦਾ, ਪੂਰਾ ਨੀਚੇ ਘੇਰੇ 'ਤੇ ਆ, ਪੂਰੀਆਂ ਪੇਜ਼ਲੀ ਬਣੀਆਂ ਨੇ। ਮਤਲਬ ਬਹੁਤ ਹੀ ਸੁਪਰ ਡੁਪਰ ਆਈਟਮ ਹੈ, ਜਿਵੇਂ ਆਪਾਂ ਥੋੜ੍ਹਾ ਜਿਹਾ ਸੋਬਰ ਪੀਸ ਲੈਣਾ, ਲੇਕਿਨ ਲੈਣਾ ਐਕਸਕਲੂਸਿਵ ਹੈ, ਇਹ ਉਹ ਚੀਜ਼ ਆ ਜੀ। ਪਿਓਰ ਕਲੇ ਫੈਬਰਿਕ ਆ, 5 ਮੀਟਰ ਪੂਰੀ ਸ਼ਰਟ ਦਾ ਫਰੰਟ ਹੈ, ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟਾ ਪਿਓਰ ਚਨੋਨ ਸ਼ਿਫੋਨ ਦਾ, ਚਾਰੇ ਪਾਸੇ ਇੰਬਰਾਇਡਰੀ ਹੈ, ਆਹ ਦੇਖੋ ਇੰਬਰਾਇਡਰੀ ਦੇਖੋ ਚਾਰੇ ਪਾਸੇ, ਪਿੱਟੇ ਦਾ ਕੰਮ ਵੀ ਹੈ ਅਤੇ ਗੋਟੇ ਦਾ ਕੰਮ ਵੀ ਆ। ਵਾਕਈ ਯਾਰ ਚੀਜ਼ ਬਹੁਤ ਜ਼ਬਰਦਸਤ ਹੈ। ਇੱਕ ਪੀਚ ਕਲਰ ਹੈ ਜੀ, ਦੂਜਾ ਹੈਗਾ ਲਾਈਟ ਜਾਂ ਪਿਸਤਾ ਕਲਰ ਹੈਗਾ ਜੀ, ਸੋਬਰ ਦੇ ਵਿੱਚ ਨਾ ਆਰਟੀਕਲ ਹੈ, ਸੋਹਣੀ ਆਈਟਮ ਹੈ, ਜਿਵੇਂ ਆਪਾਂ ਮੰਮੀ ਦਾਦੀ ਨਾਨੀ ਵਾਸਤੇ ਕਿਸੇ ਵਾਸਤੇ ਲੈਣਾ ਹੋਵੇ। ਸ਼ਰਨਪੁਰਬਾ ਜੀ ਸਤਿ ਸ਼੍ਰੀ ਅਕਾਲ ਜੀ, ਜਸਵੰਤ ਜੀ ਸਤਿ ਸ਼੍ਰੀ ਅਕਾਲ। ਆਈਟਮ ਨੰਬਰ 4 ਪ੍ਰਾਈਜ਼ ਪਏਗਾ 10,260 ਰੁਪਈਏ ਜੀ, ਜਸਵੰਤ ਜੀ ਸਤਿ ਸ਼੍ਰੀ ਅਕਾਲ ਜੀ। ਪਿਓਰ ਡਿਜੀਟਲ ਦੇ ਵਿੱਚ ਆਈਟਮ ਆਏਗੀ, ਡਿਜੀਟਲ ਪ੍ਰਿੰਟ ਆ, ਦੇਖੋ ਪ੍ਰਿੰਟਿੰਗ ਦੇਖੋ ਜਰਾ ਜੀ। ਮਤਲਬ 5,000 ਦਾ ਖਾਲੀ ਤੁਹਾਨੂੰ ਸੂਟ ਮਿਲਣਾ, ਪ੍ਰਿੰਟਡ ਦੁਪੱਟੇ ਵਾਲਾ,
ਆਪਾਂ ਤੁਹਾਨੂੰ ਵਰਕ ਦੇ ਰਹੇ ਹਾਂ, ਸਾਰਾ ਹੈਂਡ ਵਰਕ ਰੇਟ ਦੇ ਰਿਹਾ ਕੀ ਨਿਕਲਿਆ। ਸਾਰਾ ਟੋਟਲ ਨੀਚੇ ਪਲ ਦਾ ਕੰਮ ਹੈ, ਕੜਦਾਨੇ ਦਾ ਕੰਮ ਹੈ, ਛੋਟੇ ਵੱਡੇ ਮੋਤੀ ਲੱਗੇ ਨੇ ਪਲ ਦੇ, ਪੂਰਾ ਹੈਵੀ ਘੇਰਾ, ਇਹਦੇ ਵਿੱਚ ਚਾਰ ਤਿੰਨ ਦੀ ਬੂਟੀ ਦਾ ਜਾਲ ਹੈ, ਨਾਲ ਨਾਲ ਲਾਈਨਾਂ ਨੇ ਨੈਕ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਹੈ। ਪ੍ਰਿੰਟਿੰਗ ਬਹੁਤ ਸੋਹਣੀ ਹੈ, ਫੁੱਲ ਬਾਜੂ ਹੈ, ਪਿਓਰ ਚਨੋਨ ਸ਼ਿਫੋਨ ਦੀ ਚੁੰਨੀ ਹੈ ਜੀ, ਇਹ ਪ੍ਰੋਪਰ ਪੰਜਾਬੀ ਟੇਸਟ ਹੈ। ਜਿਵੇਂ ਦੁਪੱਟਾ ਆਪਾਂ ਖਿਲਾਰ ਕੇ ਲੈਣਾ, ਸਿਰ ਤੋਂ ਲੈਣਾ, ਪਿੱਛੋਂ ਸ਼ੋਲਡਰ ਤੋਂ ਘੁਮਾਉਣਾ ਜਾਂ ਉੱਪਰੋਂ ਨੈਕ 'ਤੇ ਲੈਣਾ, ਮਤਲਬ ਕਿਸੇ ਤਰ੍ਹਾਂ ਵੀ ਲੈ ਸਕਦੇ ਹੋ ਤੁਸੀਂ। ਪੂਰੇ ਹੀ ਦੁਪੱਟੇ ਦੀ ਵਿੜਥ ਹੈ, ਪੂਰੀ ਲੈਂਥ ਹੈ, ਦੂਜਾ ਕਲਰ ਆਏਗਾ ਇਹ 'ਚ ਗ੍ਰੀਨਿਸ਼ ਗ੍ਰੇ ਕਲਰ ਇਸ ਤਰ੍ਹਾਂ। ਉਹ ਦੇਖੋ ਪ੍ਰਾਈਸ ਕੀ ਨਿਕਲਿਆ ਜੀ, ਇਹਦਾ ਟੋਟਲ ਸਾਰਾ ਹੈਂਡਵਰਕ ਹੈ, ਪਿਓਰ ਦਾ ਫੈਬਰਿਕ ਹੈ, ਪਿਓਰ ਦੀ ਚੁੰਨੀ ਹੈ, 5 ਨੰਬਰ ਆਈਟਮ 5900। ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜੀ। ਉਹ ਜੀ ਆਹ ਦੇਖੋ ਜੀ, ਹੋਏ 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 ਹੋਏ, ਸੁਪਰ ਚੀਜ਼, ਵੀ ਨੈਕ ਨੀਚੇ ਪ੍ਰਿੰਟਿੰਗ, ਉਹਦੇ ਉੱਤੇ ਐਮਬਰਾਇਡਰੀ, ਆਹ ਦੇਖੋ ਹੈ ਗੱਲਬਾਤ ਪੀਸ ਦੀ ਜੀ। ਉਹ ਦੇਖੋ ਪੂਰਾ ਨੀਚੇ ਪਹਿਲਾਂ ਤਿੱਲੇਕਾਰੀ ਦਾ ਘੇਰਾ ਆ ਗਿਆ, ਇਹ ਸਾਰਾ ਪ੍ਰਿੰਟ ਹੁੰਦਾ ਜੀ ਇੱਕ ਤਰ੍ਹਾਂ ਬਰਸ਼ਿੰਗ ਦਾ, ਇਹ ਸਾਰਾ ਬਰਸ਼ਿੰਗ ਪ੍ਰਿੰਟ ਹੁੰਦਾ ਸਾਰਾ ਜੀ ਇਹਦਾ। ਫਿਰ ਉਹਦੇ ਉੱਪਰ ਸਾਰਾ ਹਲਕਾ ਹਲਕਾ ਹਾਈਲਾਈਟ ਕੀਤਾ ਤਿੱਲੇ ਨਾਲ, ਨਾਲ ਨਾਲ ਸਿੱਪੀ ਦੇ ਨਾਲ ਚੱਲ ਰਹੀ ਹੈ, ਨਾਲ ਨਾਲ ਵਾਈਟ ਪਰਲ ਚੱਲ ਰਿਹਾ ਵਾ। ਇਹ ਪੂਰੀ ਸ਼ਰਟ ਦਾ ਇਸ ਤਰ੍ਹਾਂ ਫਰੰਟ ਆਏਗਾ, ਉੱਪਰ ਨੀਚੇ ਨੈਕ, ਨੀਚੇ ਕਰਕੇ ਰੱਖ ਬੇਟਾ, ਹਾਂ ਆਹ ਨੈਕ ਆ ਗਿਆ ਵੀ ਸ਼ੇਪ, ਆਰੀ ਦੇ ਕੰਮ ਦੇ ਵਿੱਚ ਫੁੱਲ ਬਾਜ਼ੂ ਬਣ ਗਈਆਂ। ਕਲਰ ਦੇਖੋ ਕਿੰਨਾ ਪਿਆਰਾ ਜੀ, ਬਹੁਤ ਯੂਨੀਕ ਪੀਸ ਆ ਜੀ ਅੱਲਾ, ਜਿਹਨੂੰ ਆਪਾਂ ਕਹੀਏ ਨਾ ਵੀ ਆਮ ਨਾਲੋਂ ਹਟ ਕੇ, ਦੁਪੱਟੇ ਦੇ ਚਾਰੇ ਕੋਰਨਰ ਆਣਗੇ, ਚਾਰੇ ਪਾਸੇ ਤਿੱਲੇਕਾਰੀ ਦਾ ਕੰਮ ਆਏਗਾ, ਸ਼ਰਟ ਦੁਪੱਟਾ ਜੋਰਜਟ ਔਰਗੈਂਜ਼ਾ ਦਾ ਆਏਗਾ, ਪਿਓਰ ਦੀ ਬੋਟਮ ਆਏਗੀ, ਦੂਜਾ ਕਲਰ ਆਏਗਾ ਇਹ 'ਚ ਸੀ ਗ੍ਰੀਨ ਕਲਰ ਆਏਗਾ। ਦੇਖੋ ਕਲਰ ਮੈਚਿੰਗ ਕਿੰਨੀ ਜ਼ਬਰਦਸਤ ਆ। ਆਈਟਮ ਨੰਬਰ 6 ਪ੍ਰਾਈਸ ਪਏਗਾ 7490। ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਮਾਲੀ ਸਤਿ ਸ਼੍ਰੀ ਅਕਾਲ। ਲਓ ਜੀ ਹੈਂਡਵਰਕ ਦੇ ਵਿੱਚ ਆਈਟਮ ਆ ਗਈ, ਸਿੰਗਲ ਸਿੰਗਲ ਬਣਾਉਣ। ਲਓ ਜੀ ਪਿਓਰ ਜੋਰਜਟ ਉੱਤੇ ਆਈਟਮ ਆਈ ਹੈ, ਇਹ ਅਸੀਂ ਆਈਟਮ ਬਹੁਤ ਵੇਚਦੇ ਹਾਂ, ਲੇਕਿਨ ਹਰ ਵਾਰ ਕੁਛ ਨਾ ਕੁਛ ਕਲਰ ਮੈਚਿੰਗ ਚੇਂਜ ਆਉਂਦੀ ਹੈ, ਕਦੇ ਲਾਈਟ ਚਾਟ ਆ ਗਿਆ, ਕਦੇ ਬ੍ਰਾਈਟ ਚਾਟ ਆ ਗਿਆ। ਟੋਟਲ ਸਾਰਾ ਹੈਂਡ ਹੈ ਜੀ, ਕੜਦਾਨੇ ਦਾ ਕੰਮ ਹੈ, ਸਰਵੋਸਕੀ ਦਾ ਕੰਮ ਹੈ, ਤਿੱਲੇ ਦਾ ਕੰਮ ਹੈ, ਗੋਟਾ ਪੱਤੀ ਚੱਲਿਆ, ਦਬਕੇ ਨਾਲ ਸਿਲਿਆ ਹੋਇਆ, ਇਹ ਸਾਰਾ ਫਰੈਂਚ ਨੋਟ ਦਾ ਕੰਮ ਹੈ, ਪਿੰਕ ਅਤੇ ਬਲੂ ਰੇਸ਼ਮ ਲੱਗਿਆ ਹੋਇਆ। ਇੱਦਾਂ ਹੀ ਪੂਰੀਆਂ ਬੂਟੀਆਂ ਆਣਗੀਆਂ, 1, 2, 3, 4, 5 ਅਤੇ 4 ਦੀ ਪੂਰਾ ਜਾਲ ਆ ਉੱਪਰ ਤੱਕ। ਫਿਰ ਨੈਕ ਦੇਖੋ, ਟੋਟਲ ਸਾਰਾ ਹੈਂਡਵਰਕ ਹੈ ਜੀ ਇਹਦਾ। ਬੜੇ ਬੈਕ ਦਾ ਯਾਰ, ਬੜੀ ਮਿਹਰਬਾਨੀ ਤੇਰੀ। ਆਹ ਦੇਖੋ ਬੈਕ ਇਹਦੀ ਜੀ, ਸੇਮ ਪੈਨਲ ਬੈਕ 'ਤੇ ਆਏਗਾ, ਇਹਦੇ ਨਾਲ ਫੁੱਲ ਬਾਜ਼ੂ ਆਏਗੀ, ਇਹ ਫੁੱਲ ਬਾਜ਼ੂ 'ਤੇ ਕੰਮ ਆਏਗਾ ਇਹਦੇ ਇਸ ਤਾਈਂ। ਬੜੇ ਬਾਜ਼ੂ ਇਹ ਆ ਲਓ ਜੀ, ਇਹ ਬਾਜ਼ੂ 'ਤੇ ਕੰਮ ਆਏਗਾ, ਬਹੁਤ ਹੀ ਐਕਸਕਲੂਸਿਵ ਪੀਸ ਆਈ ਇਹਦਾ। ਪਿਓਰ ਜੋਰਜਟ ਦੇ ਉੱਤੇ ਕਰੇਪ ਦੀ ਬੋਟਮ ਨਾਲ, ਸ਼ਿਫੋਨ ਦੀ ਚੁੰਨੀ, ਦੁਪੱਟਾ ਲਾਈਟ ਆਉਂਦਾ, ਚਾਰੇ ਪਾਸੇ ਸਕੈਲਪਿੰਗ ਹੁੰਦੀ ਹੈ ਇਹਦੇ 'ਚ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ ਬੇਟੇ ਦਾ? ਇਹ ਬਲੂ ਕਲਰ ਹੈ ਜੀ, ਪੀਕੋਕ ਬਲੂ ਕਲਰ ਹੈ, ਪਿਓਰ ਜੋਰਜਟ 'ਤੇ ਕਰੇਪ ਦੀ ਬੋਟਮ, ਚੁੰਨੀ ਸ਼ਿਫੋਨ ਦੀ, 7 ਨੰਬਰ ਆਈਟਮ 7800 ਰੁਪਈਏ ਜੀ। ਚਲੋ ਓਕੇ ਜੀ, ਇਹ ਸਾਰਾ ਨੀਚੇ ਦੇਖੋ ਜੀ, ਪਰ ਆਪਣਾ ਸਰਵੋਸਕੀ ਦਾ ਕੰਮ ਹੈ, ਆਰੀ ਦਾ ਕੰਮ ਹੈ, ਨਾਲ ਨਾਲ ਕੜਦਾਨਾ ਚੱਲਦਾ ਪਿਆ, ਇਹ ਸਾਰਾ ਟੋਟਲ ਹੈਂਡ ਵਰਕ ਹੈ, ਘੇਰਾ ਆ ਕੇ ਦੇਖੋ ਜੀ ਇਹਦਾ।
ਨੀਚੇ ਕਰਦੇ ਆ, ਨੀਚੇ ਦੇਖ ਲਓ ਜੀ, ਸਾਰਾ ਟੋਟਲ ਹੈਂਡ ਵਰਕ ਹੈ ਜੀ, ਸੇਮ ਕਲਰ ਦਾ ਸੂਟ ਆ, ਸੇਮ ਕਲਰ ਦੀ ਨਾਲ ਨਾਲ ਸਿੱਪੀ ਹੈ ਅਤੇ ਸੇਮ ਕਲਰ ਦਾ ਰੇਸ਼ਮ ਚੱਲਦਾ ਪਿਆ। ਸ਼ਰਟ ਦਾ ਘੇਰਾ ਆ ਗਿਆ, ਉੱਪਰ ਨੈੱਕ ਬਹੁਤ ਸੋਹਣਾ ਬਣਿਆ, ਲੌਂਗ ਨੈੱਕ ਬਣਦੀ ਇਹਦੀ, ਬਾਕੀ ਜੇ ਤੁਸੀਂ ਐਡਜਸਟ ਕਰੋਗੇ ਕਰ ਦਿਆਂਗੇ ਮਾੜਾ ਮੋਟਾ ਅਸੀਂ ਕਰਨੀ। ਦੁਪੱਟੇ ਦੇ ਕੋਰਨਰ ਆਣਗੇ, ਫੁੱਲ ਬਾਜ਼ੂ ਆਏਗੀ, ਨੀਚੇ ਕਰ ਦਿੰਦੇ ਕਿ ਨੀਚੇ ਕਰਾਂਗੇ, ਲਾਈਟ ਜਾਂ ਸੋਬਰ ਟੇਸਟ ਦੇ ਵਿੱਚ ਆਈਟਮ ਹੈਗਾ। ਸੂਟ ਦਾ ਪਿਓਰ ਜੋਰਡਨ ਨਾਲ ਕਰੀਬ ਦੀ ਬੋਟਮ ਸ਼ਿਫੋਨ ਦੀ ਚੁੰਨੀ, ਆਈਟਮ ਨੰਬਰ 8 ਅਤੇ ਪ੍ਰਾਈਜ਼ ਪਏਗਾ 8890880। ਚਲਾ ਗਿਆ ਥੱਲੇ, ਲਓ ਜੀ ਕਿਹਾ ਵੀ ਦੇਖੋ, ਸ਼ਿਮਰ ਬੇਸ ਦੇ ਉੱਤੇ ਆਈਟਮ ਆਈ ਆ, ਸ਼ਿਮਰ ਫੈਬਰਿਕ ਹੈ, ਉਹਦੇ 'ਚ ਬਨਾਰਸੀ ਵੀਵਿੰਗ ਆ, ਨੀਚੇ ਪੂਰਾ ਹੈਂਡਵਰਕ ਆਪਣਾ ਆਰੀ ਦਾ ਕੰਮ ਹੈ ਨੀਚੇ ਸਾਰਾ ਹੀ। ਇਹ ਬਾਜ਼ੂ 'ਤੇ ਕੰਮ ਆਏਗਾ, ਸ਼ਰਟ ਦੇ ਘੇਰੇ 'ਤੇ ਕੰਮ ਆਏਗਾ, ਨੀਚੇ ਪਲਾਜ਼ੋ 'ਤੇ ਕੰਮ ਆਏਗਾ ਸੇਮ, ਅਤੇ ਉੱਪਰ ਨੈੱਕ ਆਏਗਾ ਵੀ ਨੈ ਵੀ ਸ਼ੇਪ ਦੇ ਵਿੱਚ। ਦੇਖੋ ਬਿਲਕੁਲ ਆਰਟੀਕਲ ਸੁਪਰ ਡੁਪਰ ਹੁੰਦੇ ਨੇ, ਡੋਰੀ ਦਾ ਕੰਮ ਹੈ ਸਾਰਾ ਜਿਹੜਾ, ਫਿਰ ਪੈਚ ਦੇ ਕੇ ਆਰੀ ਦਾ ਕੰਮ ਹੈ, ਨਾਲ ਨਾਲ ਸਿੱਪੀ ਚੱਲਦੀ ਹੈ, ਫੁੱਲ ਬਾਜ਼ੂ ਆਏਗੀ, ਸਿਲਕ ਦੀ ਬੋਟਮ ਹੈ, ਔਰ ਗੈਂਦਾ ਜੋੜ ਦੀ ਚੁੰਨੀ ਹੈ, ਚਾਰੇ ਪਾਸੇ ਬਾਰਡਰ ਦਿੱਤਾ ਹੋਇਆ ਨਾਲ ਦੀ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ, 5550 ਰੁਪਏ ਨਿਕਲਿਆ ਆਈਟਮ ਨੰਬਰ 9। ਚਲੋ ਓਕੇ ਜੀ, ਲਓ ਜੀ ਕਿਹਾ ਵੀ ਚੀਜ਼ ਸਾਡੇ ਕੋਲ ਬਹੁਤ ਦੇਰ ਬਾਅਦ ਆਈ ਆ, ਸਿੰਗਲ ਪੀਸ ਆਇਆ ਜੀ ਇਹਦਾ, ਇਹ ਪਿਓਰ ਵਿਸਕੋਸ ਜੋਰਜੈਟ ਹੈ ਜੀ, ਇਹਦੇ 'ਤੇ ਨਿਓਨ ਦੀ ਐਮਬਰਾਇਡਰੀ ਸਾਰੀ ਜਿਹੜੀ, ਇਹ ਅਸੀਂ ਪਹਿਲਾਂ ਬਹੁਤ ਵੇਚਦੇ ਸੀ, ਅੱਜ 2-3 ਪੀਸ ਆਏ ਨੇ, ਮੈਂ ਕਿਹਾ ਨਾਲ ਨਾਲ ਸ਼ੋਅ ਕਰੀਏ, ਕੋਈ ਗੱਲ ਨਹੀਂ। ਇਹ ਸਾਰੀ ਨਾ ਨਿਓਨ ਸਿੱਪੀ ਹੈ ਸਾਰੀ, ਬਲੂ ਯੈਲੋ ਪੀਚ ਅਤੇ ਪਿੰਕ ਅਤੇ ਕੋਪਰ ਕਲਰ ਦੀ, 3 ਬੂਟੇ ਨੀਚੇ ਆ ਗਏ, ਫਿਰ ਪੈਨਲ ਆ ਗਿਆ ਸਾਰਾ ਨੀਚੇ ਤੋਂ ਉੱਪਰ ਤੱਕ, ਇੱਥੇ ਰੱਖ ਦੀ ਬਸ, ਉੱਪਰ ਨੈੱਕ ਆ ਗਿਆ ਸਾਰਾ ਟੋਟਲ, ਆਪਾਂ ਛੱਡ ਦੇ ਬਸ, ਅਤੇ ਬੋਟਮ ਆਏਗੀ ਨਾਲ ਇਹਦੇ, ਕਿਹੜੇ ਕੱਪੜੇ ਦੀ ਆ, ਕਰੇਬ ਦੀ ਬੋਟਮ ਆਏਗੀ ਪੀਚ ਕਲਰ ਪਿਓਰ ਦੀ, ਅਤੇ ਪਿਓਰ ਟੈਬੀ ਦੀ ਨਾਲ ਇਹਦੇ ਚੁੰਨੀ ਆਏਗੀ। ਦੇਖੋ ਜੀ ਚੀਜ਼ਾਂ ਬਹੁਤ ਮਿਹਨਤ ਨਾਲ ਇਕੱਠੀਆਂ ਕਰਨੀਆਂ ਪੈਂਦੀਆਂ, ਇਹ ਵੀ ਪਹਿਲਾਂ ਬਣਾਉਣ 'ਤੇ ਮਿਹਨਤ ਕਰਨੀ ਪੈਂਦੀ ਆ, ਫਿਰ ਇਕੱਠੇ ਕਰਨੇ ਪੈਂਦੇ ਆ, ਫਿਰ ਤੁਹਾਡੇ ਵਾਸਤੇ ਵੀਡੀਓ 'ਚ ਬਣਿਆ, ਫਿਰ ਤੁਸੀਂ ਬੜੀ ਮਿਹਨਤ ਕਰਕੇ ਪਸੰਦ ਕਰਦੇ ਹੋ, ਐਸੀ ਗੱਲ ਨਹੀਂ ਕੋਈ, ਮਿਹਨਤ ਤਾਂ ਸਭ ਦੀ ਹੁੰਦੀ ਹੈ ਜੀ, ਤਾਂ ਹੀ ਗੱਲ ਬਣਦੀ ਆ। ਲਓ ਜੀ ਸਿੰਗਲ ਪੀਸ ਆਈਟਮ ਨੰਬਰ 10 'ਤੇ ਪ੍ਰਾਈਜ਼ ਪਏਗਾ 5900 ਓਨਲੀ। ਹਾਂਜੀ ਕਰਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਲਕਸ਼ਮੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤੀ ਸਤਿ ਸ਼੍ਰੀ ਅਕਾਲ ਜੀ, ਸ਼ਵੇਤਾ ਜੀ ਸਤਿ ਸ਼੍ਰੀ ਅਕਾਲ, ਲਓ ਜੀ ਪੂਰੀ ਸ਼ਰਟ ਦਾ ਫਰੰਟ ਆਏਗਾ ਸਾਰਾ, ਗੋਟੇ ਪੱਤੀ ਦਾ ਕੰਮ ਹੈ, ਆਰੀ ਦਾ ਕੰਮ ਹੈ, ਨੋਟ ਦਾ ਕੰਮ ਹੈ, ਸਰਬੋਸਕੀ ਦਾ ਕੰਮ ਹੈ, ਇਹ ਪੂਰੀ ਸ਼ਰਟ ਦਾ ਨੀਚੇ ਘੇਰੇ ਤੋਂ ਉੱਪਰ ਤੱਕ ਲਾਈਨਾਂ ਆ ਗਈਆਂ। ਦੇਖੋ 1, 2, 3, 4, 5 ਲਾਈਨਾਂ ਆ ਗਈਆਂ ਜੀ ਗੋਟੇ ਪੱਤੀ ਦੀਆਂ, ਅਤੇ 5 ਲਾਈਨਾਂ ਆ ਗਈਆਂ ਸਿੰਗਲ ਗੋਟੇ ਨਾਲ ਕੜਦਾਨੇ ਦੀਆਂ। ਹੁਣ ਬੇਟੇ ਨੈੱਕ ਨੀਚੇ ਕਰਦੇ, ਉੱਪਰ ਦੇਖੋ ਨੈੱਕ ਨਾਲ ਸ਼ੋਲਡਰ ਬਣੇ ਨੇ ਸਾਰੇ, ਇਹਦੇ 'ਚ ਪੂਰਾ ਹੈਂਡਵਰਕ ਆਏਗਾ ਭਾਅ ਜੀ, ਤੁਹਾਨੂੰ ਬੈਕ ਵੀ ਦਿਖਾਉਣੀ ਪੈਣੀ ਇੱਕ ਵਾਰੀ ਬੇਟਾ, ਤਾਂ ਹੀ ਗੱਲ ਬਣਨੀ ਹੈ। ਸ਼ਾਬਾਸ਼, ਲਓ ਜੀ ਆਹ ਦੇਖੋ ਬੈਕ, ਬੈਕ 'ਤੇ ਵੀ ਸ਼ੋਲਡਰ ਬਣੇ ਨੇ ਨਾਲੇ ਦੇ ਸੇਮ ਇੱਦਾਂ ਹੀ ਜੀ। ਦੇਖੋ ਚੀਜ਼ ਦਿਖਾਉਣੀ ਆ ਤਾਂ ਫਿਰ ਮਜ਼ਾ ਤਾਂ ਹੀ ਆਉਂਦਾ ਨਾ, ਪੂਰਾ ਦਿਖਾਈ ਆ, ਬੈਕ ਆ ਗਏ, ਸ਼ੋਲਡਰ ਆ ਗਏ ਜੀ, ਇੱਦਾਂ ਹੀ ਨਾਲ ਫੁੱਲ ਬਾਜ਼ੂ 'ਤੇ ਆਣਗੇ, ਆਹ ਬਾਜ਼ੂ ਆ ਗਈ ਜੀ, ਪੂਰੀ ਬਾਜ਼ੂ ਬਣੇਗੀ 3/4। ਦੁਪੱਟੇ 'ਤੇ ਚਾਰੇ ਪਾਸੇ ਲੇਸ ਹੈ, ਪਿਓਰ ਦੀ ਚੁੰਨੀ ਹੈ, ਪਿਓਰ ਜੋਰਡਨ ਦੀ ਸ਼ਰਟ ਹੈ, ਸਿਲਕ ਦੀ ਬੋਟਮ ਹੈ, ਸਾਰਾ ਕੁਛ ਪਿਓਰ ਦੇ ਵਿੱਚ ਹੀ ਹੈ, ਲੇਕਿਨ ਸਾਰਾ ਕੁਛ ਪਿਓਰ ਦੇ ਹੋਣ ਦੇ ਬਾਵਜੂਦ ਵੀ ਵਾਸ਼ੇਬਲ ਹੈ ਸਾਰਾ ਹੀ ਵਾਲਾ, ਜੋਰਜਟ ਔਰਗੈਨਜ਼ਾ ਦੀ ਸ਼ਰਟ। ਲਓ ਜੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 11, ਅਤੇ ਪ੍ਰਾਈਜ਼ ਪਏਗਾ 9610 ਓਨਲੀ।
ਇਹਦੇ ਸਾਰੇ ਪੀਸ ਗੱਲ ਦੇ ਇਕੱਠੇ ਕਰ ਲੈਣੇ, ਜਿਹੜਾ ਨਹੀਂ ਹੈਗਾ ਮੈਂ ਦੱਸ ਕਿਹਦਾ ਹੈਗਾ ਮੰਗਾ ਲੈਣੇ ਬੇਟੇ ਉਹ ਵੀ। ਉਹਦੀ ਗੱਲ ਕਰ ਰਹੇ ਹਾਂ। ਲਓ ਜੀ ਪਿਓਰ ਰੀਅਲ ਪਿੱਟਾ ਦੇ ਵਿੱਚ ਆਈਟਮ ਆਈ ਜੀ ਜਿਹੜੀ, ਇਹ ਪੂਰਾ ਸਾਰਾ ਨੀਚੇ ਪਿੱਟਾ ਦਾ ਕੰਮ ਆਏਗਾ ਜੀ ਅਲੱਗ, ਨਾਲ ਨਾਲ ਵਿੱਚ ਦਬਕੇ ਦਾ ਕੰਮ ਹੈ, ਉਹਦੇ ਉੱਪਰ ਕੜਦਾਨੇ ਦਾ ਕੰਮ ਹੈ, ਨਾਲ ਨਾਲ ਬੂਟੇ ਬਣੇ ਨੇ, ਸਾਈਡਾਂ 'ਤੇ ਪੈਨਲ ਆ ਗਿਆ ਲਾ, ਉੱਪਰ ਨੈਕ ਦੀ ਆਪਸ਼ਨ ਤੁਸੀਂ ਆਪਣੀ ਮਰਜ਼ੀ ਨਾਲ ਦੇਣੀ ਹੈ ਜੀ। ਇਹਦੇ 'ਚ ਪੀਸ ਵਾਕਈ ਹੀ ਬਹੁਤ ਸੋਹਣਾ ਜੀ ਅਲੱਗ। ਦੁਪੱਟਾ ਆਏਗਾ ਲਾਈਟ ਐਂਡ ਡਾਰਕ ਇੱਦਾਂ ਜੀ, ਇਹਦੇ 'ਚ ਸ਼ਿਮਰ ਦੀ ਸ਼ਰਟ ਹੈ, ਸ਼ਿਮਰ ਦੀ ਚੁੰਨੀ ਹੈ, ਪਿਓਰ ਦੀ ਬੋਟਮ ਹੈ, ਫੁੱਲ ਬਾਜੂ ਦੀ ਆਪਸ਼ਨ ਹੈ, 12 ਨੰਬਰ ਆਈਟਮ 6950 ਓਨਲੀ। ਚਲੋ ਜੀ ਸਰਦਾਰਨੀ ਜੀ ਸਤਿ ਸ਼੍ਰੀ ਅਕਾਲ ਜੀ, ਸਰਦਾਰਨੀ ਸਿਮਰਨ ਕੌਰ ਸਤਿ ਸ਼੍ਰੀ ਅਕਾਲ, ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਉਹਦੇ 'ਚ ਆਰੀ ਹੈਂਡ ਪ੍ਰਿੰਟ ਦੇ ਵਿੱਚ ਦੂਜਾ ਡਿਜ਼ਾਇਨ ਆ ਗਿਆ ਜਿਹੜਾ, ਦੇਖੋ ਸਾਰੀ ਬਰਸ਼ਿੰਗ ਹੈ ਜੀ, ਇਹਦੀ ਵਾਈਟ ਹੈ, ਗ੍ਰੀਨ ਹੈ, ਕੋਪਰ ਹੈ, ਪਿੰਕ ਹੈ, ਕਰੀਮ ਹੈ, ਫਿਰ ਜਿੰਨਾ ਵੀ ਪ੍ਰਿੰਟ ਹੈਗਾ ਉਹਦੇ ਉੱਪਰ ਸਾਰੀ ਆਰੀ ਦਾ ਕੰਮ ਆ, ਸਾਰੀ ਆਰੀ ਦਾ ਕੰਮ ਆਏਗਾ, ਪਲ ਦਾ ਕੰਮ ਆਏਗਾ, ਉੱਪਰ ਵੀ ਸ਼ੇਪ ਨੈਕ ਆਏਗਾ, ਫੁੱਲ ਬਾਜ਼ੂ ਆਣਗੇ, ਨੀਚੇ ਘੇਰੇ 'ਤੇ ਪੂਰੀ ਐਮਬਰਾਇਡਰੀ ਆਏਗੀ। ਆਹ ਲੁੱਕ ਨੈਕ ਨੀਚੇ ਕਰਕੇ ਰੱਖ ਬੇਟਾ ਮਾੜਾ ਜਿਹਾ, ਬਸ ਆਹ ਲੁੱਕ ਆਏਗੀ ਦੇਖੋ ਪੂਰੇ ਆਰਟੀਕਲ ਦੀ, ਤੁਹਾਨੂੰ ਪ੍ਰੋਪਰ ਨਜ਼ਰ ਆ ਰਿਹਾ, ਘੇਰਾ ਵੀ, ਨੈਕ ਵੀ ਅਤੇ ਦੁਪੱਟਾ ਵੀ, ਫੋਰ ਸਾਈਡ ਦੇ ਵਿੱਚ ਦੁਪੱਟਾ ਵਾ, ਉਹਦੇ 'ਤੇ ਬਰਸ਼ਿੰਗ ਵੀ ਹੈ, ਸ਼ਰਟ ਦੁਪੱਟੇ ਦਾ ਫੈਬਰਿਕ ਸੇਮ ਹੈ ਜੀ, ਸਿਲਕ ਦੀ ਬੋਟਮ, ਆਈਟਮ ਨੰਬਰ 13 'ਤੇ ਪ੍ਰਾਈਜ਼ ਪਏਗਾ 7620 ਰੁਪਈਏ। ਲਓ ਜੀ ਪ੍ਰਿੰਟਿੰਗ ਦੇ ਵਿੱਚ ਹੀ ਤੀਜਾ ਦਿਨ ਆ ਗਿਆ, ਦੇਖੋ ਜੀ ਤਿੰਨ ਦਿਨ ਦਿਖਾ ਰਿਹਾ, ਇਹ 'ਚ ਗਰੇ ਦੇ ਉੱਤੇ ਪਿੰਕ ਫਲਾਵਰ ਨੇ ਜੀ, ਉਹ ਡਿਜ਼ਾਇਨ ਅਲੱਗ ਸੀਗਾ ਜੀ, ਇਹ ਡਿਜ਼ਾਇਨ ਅਲੱਗ ਸੀਗਾ, ਰੇਟ ਆਲਮੋਸਟ ਹੋ ਸਕਦਾ ਸੇਮ ਹੀ ਹੋਵੇ, ਸਾਰਾ ਸਕੈਲਪਿੰਗ ਆ ਨੀਚੇ ਜੀ, ਟੋਟਲ ਸਾਰਾ ਹੈਂਡ ਹੈ, ਸਕੈਲਪਿੰਗ ਵੀ ਹੈ, ਕੜਦਾਨੇ ਦਾ ਕੰਮ ਵੀ ਹੈ, ਪਰਲ ਵੀ ਹੈ, ਸਰਬੋਸਕੀ ਵੀ ਹੈ, ਪਹਿਲਾਂ ਸ਼ਰਟ ਦਾ ਨੀਚੇ ਘੇਰਾ ਆ ਗਿਆ, ਉੱਪਰ ਲਾਈਨਾਂ ਆ ਗਈਆਂ ਸਿੱਪੀ ਅਤੇ ਕੜਦਾਨੇ ਦੀਆਂ, ਸੇਮ ਕਲਰ ਦੀ ਬੋਟਮ ਆਏਗੀ ਅਤੇ ਦੁਪੱਟੇ ਉੱਤੇ ਵੀ ਪੂਰੀ ਵਰਾਇਟੀ ਆਏਗੀ, ਸਕੈਲਪਿੰਗ ਦੇ ਵਿੱਚ ਲੁੱਕ ਵਾਈਜ਼ ਚੀਜ਼ ਸੁਪਰ ਡੁਪਰ ਹੈ। 14 ਨੰਬਰ ਆਈਟਮ 310 ਰੁਪਈਏ ਜੀ। ਗੁਰਬਖਸ਼ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਟਿਸ਼ੂ ਉੱਤੇ ਆਈਟਮ ਆਈ ਹੈ ਵੀ, ਚੀਜ਼ ਬਹੁਤ ਸੋਹਣੀ ਆ, ਇਹ ਸਾਰੀ ਨੀਚੇ ਘੇਰੇ 'ਤੇ ਐਮਬਰਾਇਡਰੀ ਆ, ਇਹਦੇ 'ਚ ਸਾਰਾ ਪੈਚਿੰਗ ਦਾ ਕੰਮ ਹੈ, ਸਿੱਪੀ ਦਾ ਕੰਮ ਹੈ, ਇਹ ਨੈਕ ਉੱਤੇ ਸਾਰੀ ਐਮਬਰਾਇਡਰੀ ਬਣੀ, ਇਹਦੇ 'ਚ ਰਾਊਂਡਿੰਗ ਦੇ ਵਿੱਚ ਫੁੱਲ ਬਾਜੂ ਦੀ ਆਪਸ਼ਨ ਹੈ, ਸ਼ਿਮਰ ਦੀ ਸ਼ਰਟ ਹੈ, ਸ਼ਿਮਰ ਦੀ ਚੁੰਨੀ ਹੈ, ਇਹਦੇ 'ਚ ਮੈਂ 2-3 ਦਿਨ ਪਹਿਲਾਂ ਵੀ ਆਈਟਮ ਪਾਈ ਸੀਗੀ, ਬਹੁਤ ਅੱਛਾ ਰਿਸਪੋਂਸ ਰਿਹਾ ਆਈਟਮ ਦਾ, ਤਾਂ ਤੁਹਾਨੂੰ ਵਾਰ ਵਾਰ ਚੀਜ਼ ਦਿਖਾਈ ਦੀ ਹੈ, ਸਾਡੇ ਕੋਲ ਰਿਪੀਟ ਹੁੰਦੀ ਹੈ, ਆਈਟਮ ਸੋਹਣੀ ਹੈ, ਕੁੱਲ ਮਿਲਾ ਕੇ ਸੁਪਰ ਆਈਟਮ ਹੈ। 5500 ਰੇਟ ਨਿਕਲਿਆ ਆਈਟਮ ਨੰਬਰ 15। ਲਓ ਜੀ ਸੇਮ ਆਈਟਮ ਹੁਣ ਸਾਡੇ ਕੋਲ ਸਾੜੀ ਆ ਰਹੀ ਨੀਚੇ ਡਰੇਪ ਦੇ ਵਿੱਚ, ਉਹਦੇ 'ਤੇ ਸੇਮ ਡਿਜ਼ਾਇਨ ਬਣਿਆ ਆਇਆ, ਉਹ ਹੈਗੀ 20x1000 ਰੁਪਏ ਦੀ, ਇਹ ਸਾਰਾ ਟੋਟਲ ਹੈਂਡ ਵਰਕ ਹੈ, ਦੇਖੋ ਬੈਕ ਤੋਂ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਜੀ, ਸਾਰਾ ਟੋਟਲ ਸਾਰਾ ਹੈਂਡ ਕੰਮ ਹੈ ਜਿਹੜਾ, ਸਾਰਾ ਨੀਚੇ ਕੜਦਾਨੇ ਦਾ, ਸਿੱਪੀ ਦਾ, ਸਰਬੋਸਕੀ ਦਾ। ਲੌਂਗ ਲੈਂਥ ਹੈ ਜੀ, 48-50 ਤੱਕ ਲੈਂਥ ਬਣੇਗੀ ਇਹ, ਬਾਕੀ ਤੁਸੀਂ ਕਹੋਗੇ ਐਡਜਸਟ ਕਰਾ ਦੇਗਾ ਜੀ, ਤਾਂ ਕੋਈ ਗੱਲ ਨਹੀਂ, ਛੱਡ ਦੇ ਬਸ। ਆਹ ਨਾਲ ਇਹਦੇ ਬਾਜ਼ੂ ਹੈ, ਇਹ ਬਾਜ਼ੂ ਹੈ ਜੀ ਨਾਲ ਇਹਦੇ, ਆਹ ਨਾਲ ਦੁਪੱਟਾ ਇਹਦੇ, ਬਾਕੀ ਜ਼ਬਰਦਸਤ ਆਈਟਮ ਹੈ ਜੀ, ਫੋਰ ਸਾਈਡ ਦੁਪੱਟਾ, ਫੁੱਲ ਬਾਜ਼ੂ, ਪਿਓਰ ਜੋਰਜਟ ਦੀ ਸ਼ਰਟ, ਜੋਰਜਟ ਦੀ ਚੁੰਨੀ, ਕਰੇਪ ਦੀ ਬੋਟਮ, ਆਈਟਮ ਨੰਬਰ 16, 6860।
ਲਓ ਜੀ ਇਹ ਵੀ ਬਨਾਰਸੀ ਉੱਤੇ ਆਈਟਮ ਆ ਗਈ, ਇਹ ਸਾਰਾ ਵੋਵਨ ਦੇ ਵਿੱਚ ਆ ਗਿਆ। ਪਹਿਲਾਂ ਦੇਖੋ ਪੈਨਲ ਆ ਗਿਆ ਸਾਰਾ ਵੀਵਿੰਗ ਦੇ ਵਿੱਚ, ਸਾਈਡਾਂ ਉੱਤੇ ਬੂਟੀ ਆ ਗਈ ਸਾਰੀ ਜੀ। ਇਹ ਕੋਈ ਪੈਚ ਨਹੀਂ ਹੁੰਦਾ, ਸਾਰਾ ਵੀਵਿੰਗ ਦੇ ਵਿੱਚ ਹੀ ਸਾਰਾ ਬਣਦਾ ਇਹ, ਠੀਕ ਹੈ ਜੀ। ਇਹਨਾਂ ਸੇਮ ਕਲਰ ਹੁੰਦੇ ਨੇ, ਉੱਪਰ ਦੇਖੋ ਸਾਰੀ ਇੰਬਰਾਇਡਰੀ ਆ ਗਈ ਵਾਲੀ, ਇਹ ਨੀਚੇ ਘੇਰੇ 'ਤੇ ਕੰਮ ਆ ਗਿਆ, ਨਾਲ ਨਾਲ ਸਰਬੋਸਕੀ ਆ ਗਈ, ਨਾਲ ਨਾਲ ਪੱਖੀ ਵਾਲੀ ਲੇਸ ਆ ਗਈ, ਪਰਲ ਵਾਲੀ, ਇਹ ਉੱਪਰ ਨੈੱਕ ਆ ਗਿਆ। ਆਹ ਦੇਖੋ ਚੀਜ਼ ਬਾਕੀ ਜ਼ਬਰਦਸਤ ਹੈ ਜੀ, ਗੋਲਡਨ ਕਲਰ ਦੇ ਵਿੱਚ ਦੁਪੱਟਾ ਵਾ, ਫੋਰ ਸਾਈਡ ਬਾਰਡਰ ਹੈ, ਪੱਲਿਆਂ ਦੇ ਉੱਤੇ ਵੀਵਿੰਗ ਹੈ, ਨਾਲ ਨਾਲ ਪਰਲ ਨੇ। ਲਓ ਜੀ ਦਿਓ ਜੀ ਪ੍ਰਾਈਜ਼ ਬੜੇ ਕੀ ਨਿਕਲਿਆ ਆਈਟਮ ਨੰਬਰ ਅੱਜ ਦੀ ਵੀਡੀਓ ਦੀ, ਇਹ 17 ਦੇ ਪ੍ਰਾਈਜ਼ ਪਏਗਾ 5580 ਰੁਪਈਆ, 5580 ਵੀ ਨੇ ਨਾ। ਲਓ ਜੀ ਇਹ ਵੀ ਦੇਖੋ ਸ਼ਿਮਰ ਫੈਬਰਿਕ ਹੈ, ਜ਼ਰੀ ਲਾਈਨਾਂ ਨੇ ਡੈਗਨਲ ਦੇ ਵਿੱਚ, ਹੋਰੀਜੈਂਟਲ ਲਾਈਨਾਂ ਨੇ, ਨਾ ਸੋਰੀ ਡੈਗਨਲ ਦੇ ਵਿੱਚ ਨੇ। ਹਾਂ ਆਹ ਉੱਪਰ ਬਾਜ਼ੂ ਦੇਖੋ ਕਿੰਨੇ ਪਿਆਰੇ ਬਣੇ ਨੇ, ਫੁੱਲ ਬਾਜ਼ੂ ਹੈ, ਪਿਓਰ ਦੀ ਬੋਟਮ ਹੈ, ਨੀਚੇ ਪਲਾਜ਼ੋ 'ਤੇ ਕੰਮ ਆਏਗਾ। ਹੁਣ ਦੇਖੋ ਸ਼ਰਟ ਦੇ ਵਿੱਚ ਪੈਨਲ ਆ ਗਿਆ, ਸਾਰਾ ਟੋਟਲ ਹੈਂਡਵਰਕ ਹੈ ਜੀ ਇਹਦਾ 'ਚ, ਕਲਰ ਵੀ ਬਹੁਤ ਪਿਆਰਾ ਗ੍ਰੀਨ ਕਲਰ ਹੈ, ਸਾਰਾ ਹੈਂਡਵਰਕ ਹੈ, ਲਾਈਟ ਗੋਲਡਨ ਪਿੰਕ ਕਲਰ ਦਾ ਕੰਟਰਾਸਟ ਹੈ, ਉਸੇ ਕਲਰ ਦੀ ਪਿਓਰ ਜੋਰਜਟ ਔਰਗੈਂਜ਼ਾ ਦੀ ਚੁੰਨੀ ਹੈ, ਬਨਾਰਸੀ ਵੀਵਿੰਗ ਹੈ, ਆਰੀ ਦਾ ਕੰਮ ਹੈ, ਨਾਲ ਨਾਲ ਲੇਸ ਲੱਗੀ ਹੈ, ਮਤਲਬ ਕੁੱਲ ਮਿਲਾ ਕੇ ਸੁਪਰ ਡੁਪਰ ਆਪਾਂ ਕੰਸੈਪਟ ਨੂੰ ਕਹਿ ਸਕਦੇ ਹਾਂ ਕੰਟਰਾਸਟ ਦੇ ਵਿੱਚ। 18 ਨੰਬਰ ਆਈਟਮ 6180 ਓਨਲੀ। ਵੀਰਪਾਲ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ, ਸੁਨੀਤਾ ਜੀ ਸਤਿ ਸ਼੍ਰੀ ਅਕਾਲ ਜੀ, ਨੀਰੋ ਜੀ ਸਤਿ ਸ਼੍ਰੀ ਅਕਾਲ। ਲਓ ਜੀ ਫੋਇਲ ਦੇ ਵਿੱਚ ਆਈਟਮ ਆਈ ਹੈ, ਵੀ ਫੋਇਲ ਬੇਸ ਹੈ, ਉਹਦੇ 'ਤੇ ਟੋਟਲ ਸਾਰਾ ਹੈਂਡਵਰਕ ਆਏਗਾ, ਕੜਦਾਨੇ ਦਾ, ਨੋਟ ਦਾ, ਸੀਕੁਐਂਸ ਦਾ, ਇਹ ਸ਼ਰਟ ਦਾ ਘੇਰਾ ਆ ਗਿਆ, ਸਿਲਵਰ ਇੰਬਰਾਇਡਰੀ ਸਾਰੀ ਜਿਹੜੀ, ਬਾਜ਼ੂ ਆ ਗਏ, ਇਹ ਉੱਪਰ ਤੱਕ ਨੈੱਕ ਦੇਖੋ ਪੈਨਲ ਬਣਿਆ ਸਾਰਾ ਹੀ ਜਿਹੜਾ, ਨੀਚੇ ਪਹਿਲਾਂ ਇਸ ਤਰ੍ਹਾਂ ਹੀ ਡਬਲ ਨੈੱਕ ਜਿੱਦਾਂ ਬਣਦਾ ਨਾ, ਪੈਨਲ ਆ ਗਿਆ, ਉਹਦੇ 'ਤੇ ਇੱਕ ਬੂਟਾ ਦਿੱਤਾ, ਫਿਰ ਆ ਉੱਪਰ ਨੈੱਕ ਸੈਟਿੰਗ ਆ ਗਈ, ਸਾਰਾ ਕੜਦਾਨੇ ਦਾ ਕੰਮ ਹੈ। ਦੁਪੱਟਾ ਦੇਖੋ ਜਿਹੜਾ ਸੇਮ ਆਈਟਮ 12,000 'ਚ ਵੀ ਆ ਰਹੀ ਹੈ। ਆਹ ਦੇਖੋ ਦੁਪੱਟੇ ਦੇ ਪੂਰੀ ਲੈਂਥ ਵਾਲੇ ਪਾਸੇ ਤਾਂ ਬਾਰਡਰ ਹੈਗਾ ਹੀ ਹੈਗਾ ਵਾ, ਪੱਲਿਆਂ 'ਤੇ ਵੀ ਪੂਰਾ ਹੈਵੀ ਕੰਮ ਹੈ। ਇਹ ਲਾਈਟ ਜਿਹਾ ਕਲਰ ਹੈ, ਆਈਸ ਬਲੂ ਕਲਰ, ਸ਼ਾਸ਼ਾ ਬੇਸ ਦੇ ਉੱਤੇ, ਪਿਓਰ ਦੀ ਬੋਟਮ। ਆਈਟਮ ਨੰਬਰ 19 'ਤੇ ਪ੍ਰਾਈਜ਼ ਪਏਗਾ 9180 ਓਨਲੀ। ਚਲੋ ਓਕੇ ਜੀ, ਲਓ ਜੀ ਲਾਸਟ ਪੀਸ ਅੱਜ ਦੀ ਵੀਡੀਓ ਦਾ, ਬਰਸ਼ਿੰਗ ਆਪਣਾ ਪੈਚਿੰਗ ਦੇ ਵਿੱਚ ਆਈਟਮ ਆਈ ਜੀ ਅਲੀ, ਬਹੁਤ ਪਿਆਰਾ ਆਰਟੀਕਲ ਆਏਗਾ ਸਾਰਾ। ਦੇਖੋ ਆਰੀ ਦਾ ਕੰਮ ਆ ਗਿਆ ਜੀ, ਇਹਦਾ ਇਹ ਫਲਾਵਰ ਪੈਚ ਆ ਗਏ ਸਾਰੇ ਇਸ ਤਰ੍ਹਾਂ ਜੀ, ਇਹਦੇ 'ਚ ਇਹਦੇ 'ਚ 1, 2, 3, 4, 5 ਪੈਚ ਨੀਚੇ ਨੀਚੇ ਨੇ ਪਲੇਸਿੰਗ ਦੇ ਵਿੱਚ, ਫਿਰ ਉੱਪਰ 2 ਪੈਕ ਨੇ ਆਪਣਾ ਸ਼ੋਲਡਰ ਦੇ ਉੱਪਰ, ਅਤੇ ਇੱਦਾਂ ਹੀ ਦੁਪੱਟੇ ਉੱਤੇ ਪੈਚਿੰਗ ਆਣਗੇ, 3-3 ਦੀ ਸਿੰਗਲ ਸਿੰਗਲ ਦੀ ਪੈਚਿੰਗ ਆਏਗੀ, ਹਲਕਾ ਹਲਕਾ ਨਾਲ ਨਾਲ ਪਰਲ ਹੈ, ਤਿੱਲੇ ਦਾ ਕੰਮ ਹੈ, ਬਹੁਤ ਐਕਸਕਲੂਸਿਵ ਹੈ। ਕਲਰ ਮੈਚਿੰਗ ਵੀ, ਕੱਪੜਾ ਤਾਂ ਖੈਰ ਪਿਓਰ ਦੇ ਵਿੱਚ ਹੈ। ਆਈਟਮ ਨੰਬਰ 20 ਪ੍ਰਾਈਜ਼ ਪਏਗਾ 7500। ਹਾਂਜੀ ਕਿਰਨ ਸਮਝ ਸਤਿ ਸ਼੍ਰੀ ਅਕਾਲ ਜੀ, ਪੂਜਾ ਸਤਿ ਸ਼੍ਰੀ ਅਕਾਲ ਜੀ। ਲਓ ਜੀ ਨੰਬਰ ਤੁਸੀਂ ਇੱਕ ਵਾਰੀ ਫੇਰ ਨੋਟ ਕਰੋ ਜੀ, ਇਹ ਸਟੋਰ ਦੇ ਨੰਬਰ ਨੇ, 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਓਕੇ ਜੀ ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।